साजन किचन एंड फर्नीचर स्टूडियो जो कि नियर हवेली फिरोजपुर रोड लुधियाना विखे स्थित है। साजन किचन एंड फर्नीचर अपने इलाके में बहुत ही वधिया तरीके सेवावां दे रहा है। इतों का फर्नीचर बहुत ही वधिया अते वाजिब रेटा ते उपलब्ध है। दूरों दूरों लोग इतने पहुँचते हैं तो इतों दीआं सुविधावां दा लाभ लेंदे हन। साजन फर्नीचर विखे इस टाइम 70% ऑफ की स्कीम चल रही है तो कस्टमर इतने पहुँच के इस स्कीम का लाभ ले सकते हैं। आओ नज़र मारते हाँ साजन किचन एंड फर्नीचर दीआं झलकियां ते। ਸਾਜਨ ਕਿਚਨ ਅਤੇ ਫਰਨੀਚਰ ਸ਼ੋਪ 'ਤੇ ਆਏ ਹੋ, ਕਿਵੇਂ ਆਏ ਸੀਗੇ ਅਤੇ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਇਹ ਹੁਣ ਇਹ ਮੁੱਲਾਪੁਰ ਦੇ ਵਿੱਚ ਵੀ ਧਮਾਕਾ ਪਾਉਣ ਆਏ ਪਏ ਬਾਈ? ਜੀ ਇੱਥੇ ਹੀ ਰਹਿੰਦੇ ਆ ਜੀ ਲੋਕ ਵੀ। ਅੱਛਾ ਜੀ, ਸਾਨੂੰ ਪਤਾ ਲੱਗਿਆ ਸੀਗਾ ਜੀ, ਥੋੜ੍ਹਾ ਲੇਟ ਹੋ ਗਏ ਸਾਨੂੰ, ਸਾਰੇ ਪਿੰਡ ਦੇ ਵਿੱਚ ਵੀ ਜਾਣੀ ਕਿ ਪਤਾ ਹੀ ਆ ਜੀ, ਇੱਥੇ ਔਫ ਚੱਲ ਰਹੀ ਸੀਗੀ, ਅਲਮਾਰੀ ਲੈਣ ਆਏ ਸੀ। ਔਰ ਤੁਹਾਨੂੰ ਅੱਜ ਵੀ ਔਫ ਮਿਲ ਗਿਆ? ਹੋਵਾਂਗੇ ਔਫ ਬੰਦ ਕੀਤਾ ਹੋਇਆ ਸੀ ਇਹਨਾਂ ਦਾ? ਹਾਂਜੀ ਹਾਂਜੀ, ਜ਼ਰੂਰ, ਜਿਵੇਂ ਸਰਦਾਰ ਜੀ ਨੇ ਜਿਵੇਂ ਤੁਹਾਨੂੰ ਕਰ ਲਾਂਗੇ। ਔਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਤੁਹਾਨੂੰ ਗਰੰਟੀ ਦੇਈ ਇਹ ਗੱਲ ਕਰੀ ਵੀ ਇਹ ਰੱਖ ਜਿਓ ਅਤੇ ਦੂਸਰੀ ਲੈ ਜਿਓ, ਇਹ ਜੀ ਮਤਲਬ ਖੁਸ਼ੀ ਹੋਈ ਤੁਹਾਨੂੰ ਇਹ ਗੱਲ ਕਰਕੇ ਇਹਨਾਂ ਨਾਲ? ਹਾਂਜੀ ਹਾਂਜੀ, ਪੂਰੀ ਖੁਸ਼ੀ ਆ, ਇੱਥੇ ਲਵਾਂਗੇ। ਹਾਂ ਬਾਈ, ਕੀ ਕਹਿੰਦੇ ਜਾਏਗਾ? ਹਾਂਜੀ ਵਧੀਆ ਸ਼ੌਪ ਆ ਜੀ, ਇੱਦਾਂ ਕੋਈ ਡੀਲ ਕਰਦਾ ਨਹੀਂ, ਤੁਸੀਂ ਡੀਲ ਕਰਦਾ ਇੱਕ ਵਾਰੀ ਲੈ ਕੇ ਉੱਥੇ ਵਾਪਸੀ। ਔਰ ਮਾਡਰਨ ਕਨਸੈਪਟ ਜਿਹੜਾ ਇਹਨਾਂ ਦਾ ਹੈਗਾ ਜਿਹਦੇ ਨਾਲ ਮੁੱਲਾਪੁਰ ਦੀ ਸਾਰੇ ਦੀ ਟੋਰ ਨਾਲ ਬਣੀ ਜਾਂਦੀ ਹੈ ਵੀ ਇਹੋ ਜਿਹੀ ਪਿਆਰੀ ਦੁਕਾਨ। ਹਾਂਜੀ ਹਾਂਜੀ ਹਾਂਜੀ, ਆਪਣੇ ਮੁੱਲਾਪੁਰ ਦੀ ਦੁਕਾਨ ਹੈ ਨਹੀਂ ਇਹ ਜੀ, ਸ਼ੋਰੂਮ ਹੈ ਜੀ, ਗੱਲਾਂ ਜੀ ਕਰਾਉਣ ਨੂੰ ਮੁੱਲਾਪੁਰ ਕਾਫੀ ਵੱਡਾ ਸ਼ੋਰੂਮ ਆ। ਅਤੇ ਜਿਸ ਤਰੀਕੇ ਦਾ ਇਹਨਾਂ ਨੇ ਪਹਿਲਾਂ ਹੀ ਰੈਪੂਟੇਸ਼ਨ ਆਪਣੀ ਖੱਟੀ ਹੋਈ ਹੈਗੀ ਆ, ਪੁਰਾਣੀ ਵੀ ਜਗਰਾਵਾਂ ਵਿਖੇ ਵੀ ਇਹਨਾਂ ਦੇ ਜਿਹੜੇ ਹੈਗੇ ਸ਼ੋਰੂਮ ਚੱਲ ਰਹੇ ਨੇ, ਉਸਦਾ ਵੀ ਇੰਪੈਕਟ ਪੈ ਰਿਹਾ? ਹਾਂਜੀ ਹਾਂਜੀ। ਸਾਜਨ ਕਿਚਨ ਐਂਡ ਫਰਨੀਚਰ ਸਟੂਡੀਓ ਜਿਹੜਾ ਕਿ ਮੁੱਲਾਪੁਰ ਵਿਖੇ ਖੁੱਲ੍ਹਿਆ, ਵੀਰ ਜੀ ਕੀ ਤੁਹਾਡੇ ਮਾਇੰਡ 'ਚ ਆਇਆ ਵੀ ਇਸ ਏਰੀਆ 'ਤੇ ਜਦੋਂ ਗ੍ਰਾਹਕ ਜਾਂਦੇ ਸੀਗੇ ਤੁਹਾਡੇ ਕੋਲ ਜਗਰਾਵਾਂ ਅਤੇ ਹੋਰ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਅਟੈਚ ਹੁੰਦੇ ਸੀ, ਕਿਵੇਂ ਤੁਸੀਂ ਸੋਚਿਆ ਵੀ ਅਸੀਂ ਮੁੱਲਾਪੁਰ ਵਾਸੀਆਂ ਨੂੰ ਵੀ ਅਤੇ ਆਸ ਪਾਸ ਦੇ ਪਿੰਡਾਂ ਨੂੰ ਜਿਹੜੀ ਇਹ ਸੇਵਾ ਇੱਥੇ ਦੇਣੀ? ਫਸਟਲੀ ਤਾਂ ਚੈੱਕ ਕੀਤਾ ਜੀ, ਲੁਧਿਆਣੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਹਾਈਵੇ 'ਤੇ ਕੋਈ ਵੀ ਫਰਨੀਚਰ ਦਾ ਸ਼ੋਰੂਮ ਨਹੀਂ ਹੈਗਾ, ਉਸ ਕਰਕੇ ਸਾਡਾ ਪਲੈਨ ਬਣਿਆ। ਸਾਡੇ ਕੋਲ ਪਹਿਲਾਂ ਹੀ 2-3 ਸਾਲ ਪਹਿਲਾਂ ਜ਼ਮੀਨ ਪਈ ਸੀ, ਅਸੀਂ ਸੋਚਿਆ ਵੀ ਫਰਨੀਚਰ ਸਟੂਡੀਓ ਖੋਲ੍ਹਿਆ ਜਾਵੇ ਵੀ ਸਾਨੂੰ ਵਧੀਆ ਰਿਸਪੋਂਸ ਮਿਲੂਗਾ। ਇਸ ਤੋਂ ਪਹਿਲਾਂ ਸਾਡਾ ਪੱਖੋਵਾਲ ਰੋਡ 'ਤੇ ਸ਼ੋਰੂਮ ਸੀਗਾ ਲੀ ਵੁੱਡ ਕਿਚਨ ਐਂਡ ਫਰਨੀਚਰ, ਉਹ ਅਸੀਂ ਹਾਇਰ ਕੀਤਾ ਹੋਇਆ ਸੀ, ਅਕੋਰਡਿੰਗ ਟੂ ਤੁਹਾਨੂੰ ਹਾਇਰ ਕੀਤੇ ਅਤੇ ਸਾਨੂੰ ਬਜਟ ਉਹਦਾ ਜ਼ਿਆਦਾ ਅੱਪ ਹੋ ਗਿਆ, ਇਸ ਬਾਰੇ ਕਿਸੇ ਨੂੰ ਛੱਡਣਾ ਪੈ ਗਿਆ। ਉਸ ਰਿਸਪੋਂਸ ਦੇ ਨਾਲ ਜਿਵੇਂ ਓ ਮੈਕਸ ਹੋ ਗਿਆ, ਆਰੀਓ ਬਾਟਰ ਲੂਪ ਹੋ ਗਿਆ, ਜਨਪਥ ਹੋ ਗਿਆ, ਸੁਖਮਣੀ ਇਨਕਲੇਵ ਹੋ ਗਿਆ, ਜਿੰਨੇ ਵੀ ਸਾਰੀਆਂ ਐਕਸਪੈਂਸਿਵ ਕਲੋਨੀਆਂ ਹੈਗੀਆਂ ਵਾ, ਸਾਰੇ ਸਾਡੇ ਆਲਰੇਡੀ ਕਸਟਮਰ ਬਣੇ ਹੋਏ, ਕਿਉਂਕਿ ਸਾਡੇ ਕਸਟਮਰ ਬਣਨ ਦੇ ਇੱਕ ਤਰੀਕਾ ਅਸੀਂ A to Z ਸਾਰਾ ਕੰਮ ਕਰਦੇ ਹਾਂ ਵੁਡਨ ਦਾ, ਜਿੰਨਾ ਵੀ ਵੁਡਨ ਦਾ ਕੰਮ ਆ ਸਾਡੇ ਕੋਲ, ਮਾਡਲ ਕਿਚਨ ਹੋ ਗਈ, ਮਾਡਲ ਵਾਰਡਰੋਬਸ ਹੋ ਗਏ, ਬੈੱਡ ਹੋ ਗਏ, ਮਾਡਲ ਬੈੱਡ ਹੋ ਗਏ, ਮਾਡਲ ਡਾਇਨਿੰਗ ਟੇਬਲ ਹੋ ਗਏ, ਮਾਡਲ ਚੇਅਰਸ ਹੋ ਗਈਆਂ, ਮਾਡਲ ਕੇਨ ਕਨਸੈਪਟ ਹੋ ਗਏ, ਮਾਡਲ ਸੋਫੇ ਹੋ ਗਏ, A to Z ਜਿਹੜਾ ਵੀ ਤੁਸੀਂ ਵੁਡਨ ਕਨਸੈਪਟ ਕਹੋਗੇ, ਐਨੀਥਿੰਗ ਜੋ ਗੂਗਲ 'ਤੇ ਤੁਸੀਂ ਸਰਚ ਕਰਦੇ ਹੋ ਹਰ ਇੱਕ ਚੀਜ਼ ਅਸੀਂ ਬਣਾ ਕੇ ਦੇ ਦਿੰਦੇ ਹਾਂ। ਵੀ ਜੀ, ਯੂ ਮੀਨ ਟੂ ਸੇ ਕਿ ਬੰਦੇ ਨੇ ਜੇ ਘਰ ਬਣਾਉਣਾ ਤਾਂ ਆਹ ਜਿਹੜੀ ਟੈਨਸ਼ਨ ਤੁਹਾਡੇ 'ਤੇ ਛੱਡ ਦੇ ਅਤੇ ਆਪ ਫਰੀ ਹੋ ਜੇ ਪੈਸਿਆਂ ਦੀ ਗੱਲ ਕਰ ਲਵੇ, ਉਹ ਵੀ ਤੁਹਾਡੇ ਜਾਇਜ਼ ਹੋਣਗੇ? ਹਾਂਜੀ, ਜਮ੍ਹਾਂ ਜਾਇਜ਼ ਆ ਜੀ, ਰੀਜ਼ਨੇਬਲ ਰੇਟ ਆ ਜੀ, ਫਿਕਸ ਪ੍ਰਾਈਜ਼ ਸਾਡਾ ਸ਼ੋਰੂਮ ਆ ਜੀ, ਅਤੇ ਸਾਡਾ ਸਾਰਾ ਪ੍ਰੋਡਕਟ ਜੀ ਜਗਰਾਉਂ ਦੇ ਵਿੱਚ ਬਣਦਾ, ਸਾਡਾ ਓਲਡ ਹੈਗਾ ਜੱਪ ਕਿਚਨ ਐਂਡ ਫਰਨੀਚਰ ਜੀ, ਜੱਪ ਕਿਚਨ ਐਂਡ ਫਰਨੀਚਰ ਅਤੇ ਲੀਵੁੱਡ ਕਿਚਨ ਐਂਡ ਫਰਨੀਚਰ ਸਾਡਾ ਜਗਰਾਉਂ ਦੇ ਵਿੱਚ ਸ਼ੋਰੂਮ ਆ ਜੀ, ਕੋਠੇ ਖਜੂਰਾ ਰੋਡ 'ਤੇ, ਸਾਰੀ ਮੈਨੂਫੈਕਚਰਿੰਗ ਪਲਾਂਟ ਸਾਡਾ 1 ਕਿੱਲੇ ਦੇ ਵਿੱਚ ਸਾਡਾ ਸ਼ੋਰੂਮ ਆ ਜੀ, ਜਰਮਨ ਕੰਟਰੋਲਰ ਦੀਆਂ ਸਾਰੀਆਂ ਉੱਥੇ ਮਸ਼ੀਨਾਂ ਲੱਗੀਆਂ ਹੋਈਆਂ, ਮਾਡਲ ਕਿਚਨ ਸਾਰਾ, ਹਰ ਇੱਕ ਪ੍ਰੋਡਕਟ ਜੋ ਸਾਡੇ ਤੁਸੀਂ ਸ਼ੋਰੂਮ ਦੇ ਵਿੱਚ ਦੇਖ ਰਹੇ ਹੋ, ਹਰ ਇੱਕ ਪ੍ਰੋਡਕਟ ਸਾਡੇ ਜਗਰਾਉਂ ਦੇ ਵਿੱਚ ਆਪ ਬਣਾਉਂਦੇ ਹਾਂ, ਇੰਕਲੂਡਿੰਗ ਮੈਟਰਸ ਵੀ ਅਸੀਂ ਆਪਦਾ ਆਪ ਹੀ ਬਣਾਉਂਦੇ ਹਾਂ, ਉਹਦੀ ਮਸ਼ੀਨ ਵੀ? ਹਾਂਜੀ, ਉਹਦੀ ਵੀ ਮਸ਼ੀਨ ਸਾਡੀ ਲੱਗੀ ਹੋਈ ਹੈ। ਬਾਕੀ ਸਾਰੀ ਗੱਲ ਹੈਗੀ ਅਵੇਅਰਨੈਸ ਦੀ ਜੀ, ਸਾਰੀ ਟੈਕਨੋਲੋਜੀ ਨੈੱਟ ਦੇ ਅਕੋਰਡਿੰਗ ਹੋ ਗਈ ਜੀ, ਅਸੀਂ ਹਰ ਕਸਟਮਰ ਨੂੰ ਚੈਲੇਂਜ ਕਰ ਦਿੰਦੇ ਵੀ ਤੁਸੀਂ ਗੂਗਲ 'ਤੇ ਜਿਹੜੀ ਮਰਜ਼ੀ ਚੀਜ਼ ਸਰਚ ਮਾਰ ਲਓ, ਅਸੀਂ ਹਰ ਇੱਕ ਚੀਜ਼ ਤੁਹਾਨੂੰ ਬਣਾ ਕੇ ਦਿਓ, ਜਿਹੜੀ ਮਰਜ਼ੀ ਚੀਜ਼ ਸਰਚ ਮਾਰ ਲਓ, ਇੰਕਲੂਡਿੰਗ ਬੈੱਡ ਹੋਵੇ, ਮੈਟਰਸ ਹੋਵੇ, ਸੋਫਾ ਹੋਵੇ, ਡਾਇਨਿੰਗ ਟੇਬਲ ਹੋਵੇ, ਹੋਰ ਕੋਈ ਮਰਜ਼ੀ ਚੀਜ਼ ਹੋਵੇ ਜੀ,
ਅਸੀਂ ਹਰ ਇੱਕ ਚੀਜ਼ ਬਣਾ ਦਿੰਦੇ ਹਾਂ। ਅਭੀ ਜੀ ਦਾ NRI ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਜੁੜੇ ਨੇ ਅਤੇ ਉਹ ਜਦੋਂ ਵੀ ਵਿਆਹ ਸ਼ਾਦੀ ਕਰਨਾ ਤਾਂ ਉਹ ਟੈਨਸ਼ਨ ਫਰੀ ਹੁੰਦੇ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ, ਕਿਵੇਂ ਤੁਸੀਂ ਉਹਨਾਂ ਦਾ ਜਿਹੜਾ ਵਿਸ਼ਵਾਸ ਜਿੱਤਿਆ ਹੋਇਆ ਔਰ ਉਹਨਾਂ ਨੂੰ ਡਿਜ਼ਾਇਨ ਜਿਹੜਾ ਵੀਡੀਓ 'ਤੇ ਦਿਖਾ ਕੇ ਵੀਡੀਓਗ੍ਰਾਫੀ ਕਰਕੇ ਉਹਨਾਂ ਦੇ ਨਾਲ ਅਟੈਚ ਹੋ ਜਾਂਦੇ ਹੋ? ਗੱਲ ਇਹ ਹੈ ਜੀ, ਸਾਰੀ ਚੀਜ਼ ਇਹ ਹੈ ਜੀ ਵੀ ਅਸੀਂ ਸਾਡਾ ਮੇਨ ਮਕਸਦ ਇਹ ਹੈ ਜੀ, ਜਿਹੜੀ ਮਾਡਲਰ ਕਿਚਨ ਬਣਾਉਂਦੇ ਹਾਂ ਅਸੀਂ ਉਹਨਾਂ ਦੀ ਮੇਜ਼ਰਮੈਂਟ ਸਿਰਫ ਇੱਕ ਘਰ ਜਾ ਕੇ ਲੈ ਕੇ ਆਉਂਦੇ ਹਾਂ ਜੀ। ਵਿਦਇਨ 2 ਡੇਜ਼ ਦੇ ਵਿੱਚ ਅਸੀਂ ਜਦੋਂ ਕੰਪਲੀਟ ਟਾਈਮ ਲੈਂਦੇ 20 ਡੇਜ਼ ਦੇ ਵਿੱਚ ਸਿਰਫ ਉਹਨਾਂ ਦੇ ਘਰ ਦੇ ਵਿੱਚ ਸਾਡਾ 2 ਦਿਨ ਦਾ ਕੰਮ ਹੁੰਦਾ ਜੀ। 2 ਦਿਨਾਂ ਦੇ ਵਿੱਚ ਅਸੀਂ ਆਪਦੀ ਕਿਚਨ ਪੂਰੀ ਕੰਪਲੀਟ ਕਰਕੇ ਆ ਜਾਣਾ ਜੀ। 20 ਡੇਜ਼ ਦਾ ਟਾਈਮ ਲਈਦਾ ਵੀ ਤੁਹਾਡੀ ਕਿਚਨ ਤੁਹਾਡੀ ਕੰਪਲੀਟ ਹੋ ਕੇ ਤੁਹਾਡੇ ਘਰ ਆ ਜੂਗੀ 2 ਦਿਨਾਂ ਬਾਅਦ। 2 ਦਿਨ ਤੋਂ ਵੱਧ ਸਾਡੇ ਟਾਈਮ ਵਰਕਰ ਨਹੀਂ ਲੈਣਗੇ ਜੀ, ਉਦੋਂ ਬਾਅਦ ਤੁਹਾਡੇ ਆ ਜਾਣਗੇ ਘਰ। 2 ਦਿਨਾਂ ਦੇ ਵਿੱਚ ਸਾਡੀ ਤੁਹਾਡੀ ਕੰਪਲੀਟ ਕਿਚਨ ਕਰਕੇ ਵਾਪਸ ਆ ਜਾਣਗੇ। ਕੋਈ ਮਾਡਲ ਕਿਚਨ ਹੋਵੇ, ਮਾਡਲ ਵਾਰਡਰੋਬ ਹੋਵੇ, ਜਿੰਨੀ ਮਰਜ਼ੀ ਫੀਟ ਦੀ ਹੋਵੇ, 14 ਫੀਟ ਦੀ ਹੋਵੇ, 16 ਫੀਟ ਦੀ ਹੋਵੇ, ਜਿਵੇਂ ਕਰੀ ਸਾਡੀ ਲਾਈਫ ਟਾਈਮ ਦੀ ਗਰੰਟੀ ਜਿਹਨੂੰ ਆਪਾਂ ਸਿਉਂਕ ਕਹਿ ਰਹੇ ਹਾਂ। ਵੀਰ ਜੀ ਕਿੱਦਾਂ ਇਹ ਪੋਸੀਬਲ ਹੈ ਕਿ ਫਰਨੀਚਰ ਜਿਹੜਾ ਕਿ ਲੱਕੜ ਦਾ ਬਣਿਆ ਔਰ ਸਿਉਂਕ ਤਾਂ ਜਿਹੜੀ ਉਹ ਲੱਭਦੀ ਫਿਰਦੀ ਹੈ ਫਰਨੀਚਰ ਨੂੰ, ਕਿਵੇਂ ਮਤਲਬ ਫਿਰ ਤੁਸੀਂ ਇਹ ਚੀਜ਼ ਦੇ ਗਰੰਟੀ ਦੇ ਰਹੇ ਹੋ ਤਾਂ ਕੀ ਮਤਲਬ ਇਹਦੇ 'ਚ ਪੋਜ਼ਿਟਿਵਿਟੀ ਤੁਹਾਡੀ ਹੈਗੀ ਜਿਹਦੇ ਨਾਲ ਨਹੀਂ ਲੱਗਦੀ ਸਿਉਂਕ? ਸਾਡੀ ਸਾਰੀ ਪਾਣੀ ਦੀ ਪਲਾਈ ਦਾ ਕੰਮ ਹੁੰਦਾ ਜੀ, 18 ਮੈਂਬਰ ਦੀ ਪਾਣੀ ਦੀ ਪਲਾਈ ਹੈ, ਟਰਮੀਨੇਟਰ ਪ੍ਰੂਫ ਹੁੰਦੀ ਹੈ, ਪਿਓਰ ਵਾਟਰ ਪ੍ਰੂਫ ਹੁੰਦੀ ਹੈ, ਹੀਟ ਰਜਿਸਟੈਂਸ ਹੁੰਦੀ ਹੈ ਜੀ। ਦੂਜੀ ਗੱਲ ਹੋ ਜਾਏ ਜੀ ਆਪਣੀ ਕਿਚਨ ਦੀ, ਕਿਚਨ ਦੇ ਵਿੱਚ ਅਸੀਂ ਸਾਡੀ ਪਿੱਛੇ ਆਪਦੀ ਪੱਥਰੀ ਤਿਆਰ ਕੀਤੀ ਹੋਈ ਬੈਕਾ ਲਾਈਟ ਹੁੰਦੀ ਹੈ ਜੀ, ਬੈਕਾ ਲਾਈਟ ਅਸੀਂ ਤਿਆਰ ਕਰਕੇ ਆਪਦੀ ਬਣਾ ਕੇ ਖੁਦ ਆਪ ਹੀ ਲਾਉਂਦੇ ਹਾਂ, ਉਹਦੇ ਕਰਕੇ ਅਸੀਂ ਲਾਈਫ ਟਾਈਮ ਦੀ ਗਰੰਟੀ ਲੈਂਦੇ ਹਾਂ ਜੀ। ਵੀ ਦਿਮਕ ਦੀ ਲਾਈਫ ਟਾਈਮ ਦੀ ਗਰੰਟੀ ਵੀ ਤੁਹਾਨੂੰ ਸਿਉਂਕ ਨਹੀਂ ਲੱਗੂਗੀ, ਕਦੇ ਵੀ ਸਿਉਂਕ ਨਹੀਂ ਲੱਗੂਗੀ, ਕੋਈ ਵੀ ਕੰਸੈਪਟ ਹੋਵੇ ਉਦੋਂ ਵੀ ਗਰੰਟੀ ਲੈਂਦੇ। ਤੁਹਾਡੇ ਕਿਚਨ 'ਤੇ ਜਾਂ ਕਿਸੇ ਵੀ ਚੀਜ਼ ਨੂੰ ਦਿਮਕ ਲੱਗ ਜੇ, ਸਿਉਂਕ ਜਿਹਨੂੰ ਲੱਗ ਜੇ, ਆਪਾਂ ਚੀਜ਼ ਉਹਦੇ ਪੈਸੇ ਵਾਪਸ ਕਰਾਂਗੇ, ਚੀਜ਼ ਤੁਹਾਨੂੰ ਫਰੀ ਆਫ ਕੋਸਟ ਮਿਲੂ। ਵੀਰ ਜੀ ਜਿਸ ਤਰੀਕੇ ਦੇ ਨਾਲ ਅੱਜ ਲੋਕਾਂ ਕੋਲ ਟਾਈਮ ਵੀ ਘੱਟ ਹੈਗਾ ਔਰ ਆਉਣਾ ਜਾਣਾ ਵੀ ਉਹਨਾਂ ਨੂੰ ਔਖਾ ਲੱਗਦਾ, ਅਗਰ ਜਿਹੜੇ ਕਿ ਦੂਰ ਦੂਰ ਦੇ ਲੋਕ ਹੈਗੇ ਆ ਇਸ ਚੈਨਲ ਦੇ ਮਾਧਿਅਮ 'ਤੇ, ਚਾਹੇ ਉਹ ਹਰਿਆਣਾ ਵੀ ਹੋਵੇ, ਰਾਜਸਥਾਨ ਵੀ ਹੋਵੇ, ਚਾਹੇ ਪੰਜਾਬ ਦਾ ਕੋਈ ਹਿੱਸਾ ਹੋਵੇ, ਹਿਮਾਚਲ ਦਾ ਹੋਵੇ, ਕੀ ਉਹ ਜਿਹੜਾ ਤੁਹਾਡੇ ਨਾਲ ਜੁੜ ਸਕਦੇ ਔਰ ਤੁਹਾਨੂੰ ਉਹਨਾਂ ਨੂੰ ਮਤਲਬ ਉੱਥੇ ਪਹੁੰਚਾਉਣ ਦਾ ਵੀ ਮੁੜ ਕੇ ਨਾਲ ਅਰੇਂਜਮੈਂਟ ਕਰ ਸਕਦੇ? ਹਾਂਜੀ ਜੀ, ਸਾਰੀਆਂ ਫੇਟ ਆ ਜੀ, ਆਪਣਾ ਕੋਨੈਕਟ ਬਾਏ ਕੈਨੇਡਾ ਹੋਵੇ, ਬਾਏ ਆਸਟ੍ਰੇਲੀਆ ਹੋਵੇ, ਕਿਤੇ ਵੀ ਵਰਲਡ ਦੇ ਵਿੱਚ ਕਿਤੇ ਵੀ ਪਹੁੰਚਾਉਣਾ ਹੋਵੇ ਸਾਰੇ ਕਿਤੇ ਸਾਡੀ ਅਵੇਲੇਬਲ ਆ ਜੀ। ਜਿੱਥੇ ਤੁਸੀਂ ਕਹੋਗੇ ਹਿਮਾਚਲ ਹੋ ਗਿਆ, ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਤਾਂ ਹੈ ਹੀ ਹੈ ਜੀ, ਇੰਟਰਨੈਸ਼ਨਲ ਐਕਸੋਟਿਕ ਪਲੇਸਾਂ 'ਤੇ ਵੀ ਸਾਡੀ ਅਵੇਲੇਬਲ ਹੋਊਗੀ ਜੀ, ਸਾਡੇ ਆਪਦੇ ਸ਼ਿਪਮੈਂਟ ਵੀ ਹੈਗੇ ਆ। ਵਿੱਚ ਕੀ ਮੈਸੇਜ ਰਹੂਗਾ ਤੁਹਾਡਾ ਅੱਜ ਜਿਹੜੇ ਲੋਕ, ਕਿਉਂਕਿ ਫਰਨੀਚਰ ਦੀ ਆਪਾਂ ਗੱਲ ਕਰੀਏ, ਅੱਜ ਕੱਲ੍ਹ ਲੋਕ ਸਮਾਰਟਨੈਸ, ਅੱਜ ਕੱਲ੍ਹ ਲੋਕ ਜਿਹੜੀ ਡਿਊਰੇਬਿਲਟੀ ਚਾਹੁੰਦੇ ਨੇ ਔਰ ਇਕਨੋਮੀਕਲ ਹੈਗੇ ਲੋਕ, ਕੀ ਕਹਿਣਾ ਚਾਹੋਗੇ ਕਿ ਸਾਜਨ ਕਿਚਨ ਫਰਨੀਚਰ ਸਟੂਡੀਓ ਜਿਹੜਾ ਹੈਗਾ ਉਹ ਇਹੀ ਕੰਸੈਪਟ ਲੈ ਕੇ ਆਇਆ? ਹਾਂਜੀ ਜੀ, ਤੁਹਾਨੂੰ ਡਿਊਰੇਬਿਲਟੀ, ਸਟਰੈਂਥ, ਅਵੇਅਰਨੈਸ ਸਾਰਾ ਕੁਝ ਤੁਹਾਨੂੰ ਇੱਥੇ ਮਿਲੂਗਾ ਜੀ। ਬਾਕੀ ਲਾਈਫ ਟਾਈਮ ਦੀ ਅਸੀਂ ਗਰੰਟੀ ਲੈ ਰਹੇ ਹਾਂ, ਉਸ ਅਕੋਰਡਿੰਗ ਤੁਸੀਂ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ ਹੋਊਗਾ ਵੀ ਲਾਈਫ ਟਾਈਮ ਦੀ ਬੰਦਾ ਗਰੰਟੀ ਲੈ ਰਿਹਾ ਤਾਂ ਦਿਮਕ ਦੀ ਲਾਈਫ ਟਾਈਮ ਦੀ, ਕਿਉਂਕਿ ਜਦੋਂ ਵੀ ਫਰਨੀਚਰ ਦੇ ਵਿੱਚ ਫਸਟਲੀ ਦੇਖਿਆ ਜਾਂਦਾ ਉਹਦਾ ਲੈਕਿੰਗ ਪੁਆਇੰਟ, ਜਿਹਨੂੰ ਆਪਾਂ ਕਮੀ ਕਹਿ ਦਿੰਦੇ, ਉਹਦੀ ਇੱਕ ਹੀ ਕਮੀ ਆ ਵੀ ਉਹਨੂੰ ਸਿਉਂਕ ਲੱਗ ਜਾਂਦੀ ਆ, ਉਸ ਅਕੋਰਡਿੰਗ ਹੀ ਅਸੀਂ ਆਪਦੇ ਸਾਰੇ ਵੰਡਰਾਂ ਨੂੰ, ਮਿਸਤਰੀਆਂ ਨੂੰ ਚੈੱਕਅਪ ਕੀਤਾ ਵਾ ਵੀ ਕਿਤੇ ਵੀ ਦਿਮਕ ਦੀ ਕੋਈ ਪ੍ਰੋਬਲਮ ਨਹੀਂ ਰਹਿਣੀ ਚਾਹੀਦੀ, ਹਰ ਇੱਕ ਪੁਆਇੰਟ ਦੇ ਵਿੱਚ, ਹਰ ਇੱਕ ਪੋਜੀਸ਼ਨ ਦੇ ਵਿੱਚ, ਹਰ ਇੱਕ ਸਾਈਜ਼ ਦੇ ਵਿੱਚ ਤੁਸੀਂ ਮੇਜ਼ਰਮੈਂਟ, MM ਦੇ ਵਿੱਚ ਸਾਡੀ ਸਾਰੀ ਮੇਜ਼ਰਮੈਂਟ ਹੁੰਦੀ ਆ ਜੀ, ਅਕੋਰਡਿੰਗ ਟੂ A to Z ਜਿੱਥੋਂ ਵੀ ਲੈ ਕੇ ਬੋਟਮ ਤੋਂ ਲੈ ਕੇ ਅੱਪ ਤੱਕ ਸਾਡੇ ਸਾਰੀ ਲਾਈਫ ਟਾਈਮ ਦੀ ਗਰੰਟੀ ਅਸੀਂ ਦਿੰਦੇ ਹਾਂ ਜੀ। ਬਾਕੀ ਹੈਂਡਲ ਅਸੈਸਰੀ ਦੀ ਗਰੰਟੀ ਤੁਹਾਡੇ ਅਕੋਰਡਿੰਗ ਹੁੰਦੀ ਆ ਜੀ, 1 ਈਅਰ ਦੀ ਵੀ ਗਰੰਟੀ ਚੱਲਦੀ ਹੈ, 10 ਈਅਰ ਦੀ ਵੀ ਗਰੰਟੀ ਚੱਲਦੀ ਆ। ਜਿਹੜੀ ਤੁਹਾਡਾ ਇਨਰ ਮਟੀਰੀਅਲ ਆ ਜੀ, ਜਿਵੇਂ ਅਸੀਂ ਸਾਰੀ ਪੌਣੀ ਦੀ ਪਲਾਈ ਦੀ ਬਣਾਉਂਦੇ ਹਾਂ ਜੀ, ਉੱਤੇ ਸਾਰੇ ਐਕਸਨ ਟੈਕਸਰ ਦਾ UV ਪੈਨਲ ਲਾਉਂਦੇ ਹਾਂ। ਬਾਕੀ ਕੋਈ ਵੀ ਚੀਜ਼ ਆ ਜੀ, ਹਰ ਇੱਕ PU Deco ਦੇ ਵਿੱਚ ਕੰਮ ਕਰਦੇ ਹਾਂ ਜੀ, ਕੋਈ ਲੈਮੀਨੇਟ ਦੇ ਵਿੱਚ ਜ਼ਿਆਦਾ ਕੰਮ ਕਰਦੇ ਹਾਂ, PU Deco ਦੇ ਵਿੱਚ ਜ਼ਿਆਦਾ ਕੰਮ ਕਰਦੇ ਹਾਂ ਜੀ। ਅਸੀਂ PU Deco ਸਾਰਾ ਨੈਰੋ ਲੈਕ ਜਾਂ ਏਸ਼ੀਅਨ ਦਾ ਦੋ ਕੰਪਨੀਆਂ ਦਾ ਹੀ ਵਰਤਦੇ, ਇਸ ਤੋਂ ਇਲਾਵਾ ਜੀ ਕੋਈ ਵਰਤਦੇ ਨਹੀਂ। ਥੈਂਕ ਯੂ।
ਬਾਈ ਜੀ ਉਹ ਮੋਹ ਜਿਹੜਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨਾਲ ਬਣਾਇਆ, ਪ੍ਰੇਮ ਬਣਾਇਆ ਔਰ ਗਰਾਊਂਡ ਲੈਵਲ 'ਤੇ ਰਹਿ ਕੇ ਆਪਣੇ ਆਪ ਨੂੰ ਬਿਲਕੁਲ ਸਿੰਪਲਿਸਿਟੀ ਦੇ ਨਾਲ ਅਟੈਚ ਕਰਕੇ ਕਿ ਜਿਹੜਾ ਵੀ ਕਸਟਮਰ ਤੁਹਾਡੇ ਕੋਲ ਆਵੇ ਉਹਨੂੰ ਇੱਕ ਰਿਲੈਕਸੇਸ਼ਨ ਮਹਿਸੂਸ ਹੋਵੇ, ਉਹਨੂੰ ਉਹ ਲੱਗੇ ਵੀ ਮੈਂ ਆਪਣੇ ਘਰ 'ਚ ਹੀ ਆ ਗਿਆ। ਉਹੀ ਕੰਸੈਪਟ ਨੂੰ ਲੈਂਦੇ ਹੋਏ ਸਾਜਨ ਕਿਚਨ ਐਂਡ ਫਰਨੀਚਰ ਸਟੂਡੀਓ ਜਿਹੜਾ ਅੱਜ ਮੁੱਲਾਪੁਰ ਵੀ ਖੁੱਲ੍ਹ ਚੁੱਕਿਆ, ਕਿਉਂਕਿ ਇਸ ਇਲਾਕੇ ਦੇ ਬਹੁਤ ਲੋਕ ਤੁਹਾਡੇ ਨਾਲ ਜੁੜੇ ਸੀ, ਕੀ ਕਹਿਣਾ ਚਾਹੋ? ਜਗਰਾਉਂ ਦੇ ਵਿੱਚ ਹੀ ਸਾਡੇ ਡੈਡੀ ਜੀ ਨੇ ਗੱਲ ਹੈ ਕਿ ਲੱਕੜ ਦੇ ਕੰਮ ਕਰਨ ਦਾ ਉਹਨਾਂ ਨੂੰ ਸ਼ੌਂਕ ਸੀਗਾ। ਉਹਨਾਂ ਨੇ ਜੱਦੀ ਕੰਮ ਪਹਿਲਾਂ ਲੱਕੜ ਦੀ, ਅੱਜ ਤੋਂ ਕਿੰਨੇ 30 ਸਾਲ ਪਹਿਲਾਂ ਲੱਕੜ ਦੀ ਇੱਕ ਪੇਟੀ ਬਣਦੀ ਹੁੰਦੀ ਸੀ, ਇੱਕ ਸੰਦੂਕ ਬਣਦਾ ਹੁੰਦਾ ਸੀਗਾ। ਉਹ ਆਪ ਪੇਟੀ ਬਣਾਉਂਦੇ ਸੀ, ਆਪ ਸੰਦੂਕ ਬਣਾਉਂਦੇ ਸੀਗੇ। ਉਹਨਾਂ ਨਾਲ ਗਾਹਕ ਇਹੋ ਜਿਹੇ ਜੁੜੇ ਹੋਏ ਸੀ। ਗੱਲ ਹੈ ਕਿ ਉਹਨਾਂ ਕੋਲੋਂ ਵੀ ਪੈਸੇ ਨਹੀਂ ਪੁੱਛਦੇ ਸੀ, ਉਹ ਰੱਬ ਦੇ ਦੇਵਤਾ ਬੰਦੇ ਸੀਗੇ। ਅਤੇ ਜਿਹਦੇ ਨਾਲ ਉਹਨਾਂ ਨੇ ਕੰਮ ਕੀਤਾ, ਸਾਰਾ ਇਮਾਨਦਾਰੀ ਨਾਲ ਕੰਮ ਕੀਤਾ, ਉਹ ਸਾਡੀ ਉਹਨਾਂ ਦੀ ਗੁੱਡਵਿਲ ਨਾਲ ਅਤੇ ਸਾਨੂੰ ਸ਼ੋਰੂਮ ਦੇ ਕੰਮ ਕਰਨ ਲੱਗਿਆ, ਕੋਈ ਵੀ ਅੱਜ ਤੱਕ ਦਿੱਕਤ ਨਹੀਂ ਆਈ। ਵੀਰ ਜੀ ਉਹੀ ਜਵਾਨ ਜਿਹੜੀ ਸਿਰ ਦੇ ਉੱਤੇ ਤੁਹਾਡੇ ਪਿਤਾ ਨੇ ਕੰਮ ਕੀਤਾ ਔਰ ਤੁਸੀਂ ਜਿਹੜਾ ਹੈਗਾ ਜੱਪ ਕਿਚਨ ਅਤੇ ਫਰਨੀਚਰ ਸਟੂਡੀਓ ਜਿਹੜਾ ਤੁਹਾਡਾ ਪਹਿਲਾਂ ਚੱਲ ਰਿਹਾ ਸੀ ਜਗਰਾਵਾਂ, ਉਹ ਸੇਵਾ ਕੀਤੀ ਲੋਕਾਂ ਦੀ ਔਰ ਲੋਕਾਂ ਨਾਲ ਵਿਸ਼ਵਾਸ ਬਣਾਇਆ, ਉਹੀ ਮੁੱਲਾਪੁਰ ਦੇ ਵਾਸੀ ਮਤਲਬ ਸਮਝਣ ਵੀ ਉਹੀ ਪੋਜ਼ਿਟਿਵਿਟੀ ਇੱਥੇ ਆਊਗੀ। ਮਹਾਰਾਜ ਜੀ ਐ ਨਾ ਕਿ ਗੱਲ ਕਿ ਮੁੱਲਾਪੁਰ ਵਿੱਚ ਆਪਾਂ ਆਏ ਹਾਂ, ਮੁੱਲਾਪੁਰ ਤੋਂ ਐਂ ਨਾ ਗੱਲ ਕਿ ਆਪਾਂ ਅੱਗੇ ਹੋਰ ਵੀ ਜਾਣਾ ਵਾ, ਜੇ ਆਪਾਂ ਨੂੰ ਉੱਥੇ ਜਗ੍ਹਾ ਆਪਣੇ ਦੇਖਾਂਗੇ, ਲੁਧਿਆਣੇ ਵੀ ਮਿਲ ਗਈ, ਆਪਾਂ ਲੁਧਿਆਣੇ ਵੀ ਸ਼ੋਰੂਮ ਬਣਾਵਾਂਗੇ। ਬਾਕੀ ਮੁੱਲਾਪੁਰ ਵਿੱਚ ਤਾਂ ਗੱਲ ਕਿ ਬੰਦੇ ਸਾਡੇ ਕੋਲ ਜਗਰਾਓ ਤੋਂ ਚੰਡੀਗੜ੍ਹ ਤੋਂ ਤੱਕ, ਚੰਡੀਗੜ੍ਹ ਤੋਂ ਅੱਗੇ ਵੀ ਬੰਦੇ ਸਾਡੇ ਕੋਲ ਜਗਰਾਓ ਆਉਂਦੇ ਆ। ਅਤੇ ਮੁੱਲਾਪੁਰ ਨਾਲ ਸਾਨੂੰ ਪਤਾ ਵਾ ਵੀ ਮਾਨਸਾ, ਬਠਿੰਡਾ, ਉੱਚੋ ਅਤੇ ਇੱਧਰੋਂ ਮੁਕਤਸਰ, ਇੱਧਰੋਂ ਫਿਰੋਜ਼ਪੁਰ, ਇੱਥੇ ਤੱਕ ਲੈਣ ਤੱਕ ਵੀ ਬੈਲਟ ਤੱਕ ਬੰਦਾ ਸਾਡੇ ਕੋਲ ਪਹੁੰਚੂਗਾ। ਅਤੇ ਬਾਈ ਜੀ ਉਹਨਾਂ ਨੂੰ ਜਿਹੜਾ ਫਰਨੀਚਰ ਚੋਣ ਦਾ ਔਰ ਡਿਊਰੇਬਿਲਟੀ ਦਾ, ਜਿੱਦਾਂ ਬੇਟੇ ਨੇ ਕਿਹਾ ਕਿ ਇਹ ਇੱਕ ਐਸਾ ਫਰਨੀਚਰ ਜਿਹਦੇ 'ਚ ਸਿਉਂਕ ਜਿਹੜੀ ਕਿ ਬੰਦੇ ਦਾ ਮਨ ਡਰਦਾ ਹੀ, ਉਹ ਤੋਂ ਵੀ ਜੇਕਰ ਸਿਉਂਕ ਲੱਗ ਗਈ ਸਾਰੇ ਪੈਸੇ ਮਿੱਟੀ ਹੋ ਜਾਣਗੇ, ਉਹ ਉਹਦੇ ਬਾਰੇ ਸਾਨੂੰ ਦੱਸੋ। ਦੇਖੋ ਜੀ ਗੱਲ ਹੈ ਕਿ ਜਿਹੜੀ ਨਾ ਅਸੀਂ ਲੱਕੜ ਦੇ ਵਿੱਚ ਸਾਰੀ ਉਮਰ ਕੱਟੀ ਹੈ, ਸਾਨੂੰ ਸਾਰੀ ਲੱਕੜ ਦਾ ਪਤਾ ਵੀ ਸਾਗਵਾਨ ਦੀ ਲੱਕੜ ਕਿੱਦਾਂ ਦੀ ਹੁੰਦੀ ਆ, ਵੀ ਇਹਨੂੰ ਸਿਉਂਕ ਨਹੀਂ ਲੱਗ ਸਕਦੀ। ਅਤੇ ਮੰਨ ਲਓ ਇੱਕ ਟਾਹਲੀ ਦੀ ਲੱਕੜ ਹੁੰਦੀ ਆ, ਉਹ ਬੱਗੀ ਲੱਕੜ ਹੁੰਦੀ ਟਾਹਲੀ ਦੀ, ਉਹਨੂੰ ਸਿਉਂਕ ਲੱਗਦੀ ਆ। ਜਿਹੜੀ ਕਾਲੀ ਲੱਕੜ ਟਾਹਲੀ ਦੀ ਹੁੰਦੀ ਆ, ਉਹਨੂੰ ਸਿਉਂਕ ਨਹੀਂ ਲੱਗਦੀ ਗੀ। ਉਹ ਸਾਡੀਆਂ ਲੱਕੜਾਂ ਦੇ ਤੱਤ ਕੱਢੇ ਹੋਏ ਆ, ਅਸੀਂ ਉਹ ਲੱਕੜ ਯੂਜ ਕਰਦੇ ਹਾਂ। ਪਰ ਗੱਲ ਹੈ ਕਿ ਸਾਡਾ ਡਿਲੀਵਰੀ ਦਾ ਕੰਮ ਆ ਵੀ ਸਾਡੇ ਕੋਲ ਗੱਡੀਆਂ ਸਾਰੀਆਂ ਆਪਦੀਆਂ ਵਾ, ਆਮ ਲੋਕਾਂ ਫਰਨੀਚਰ ਵਾਲੇ ਕੋਈ ਸਮਾਨ ਨੂੰ ਪੈਕ ਕਰਕੇ ਨਹੀਂ ਭੇਜਦੇ, ਅਸੀਂ ਪੈਕ ਕਰਕੇ ਸਮਾਨ ਦਿੰਦੇ, ਨਾਲ ਦੋ ਬੰਦੇ ਵੀ ਭੇਜਦੇ ਹਾਂ। ਜਿੱਥੇ ਮਰਜ਼ੀ ਹੋਵੇ ਉਹਦਾ ਸਾਰਾ ਬੈੱਡ ਬੁੱਡ ਸੋਫਾ ਸਾਫਾ ਸਾਡੇ ਬੰਦੇ ਵਰਕਰ ਆਪ ਸੈੱਟ ਕਰਕੇ ਆਉਂਦੇ ਗਾਹਕ ਦੇ ਘਰੇ। ਗਾਹਕ ਇੰਨੇ ਵਿੱਚ ਬਹੁਤ ਖੁਸ਼ ਹੁੰਦਾ ਵੀ ਜਦ ਭਾਅ ਜੀ ਕੋਲੋਂ ਫਰਨੀਚਰ ਲਿੱਤਾ ਤਾਂ ਭਾਅ ਜੀ ਨੇ ਸਾਡੇ ਨਾਲ ਪੂਰੀ ਸੈਟਿੰਗ ਕੀਤੀ ਕਿ ਕੋਈ ਇਹ ਨਹੀਂ ਗੱਲ, ਦਿੱਕਤ ਨਹੀਂ ਆਈ ਕਿਸੇ ਗੱਲ। ਭਾਅ ਜੀ 10 ਤਰੀਕ ਤੁਸੀਂ ਮੂਰਤ ਕੀਤਾ ਸੀਗਾ ਔਰ ਅੱਜ 14 ਤਰੀਕ ਹੈ ਔਰ ਜਦੋਂ ਸਾਡਾ ਫੋਨ ਟੈਲੀਕਾਸਟ ਹੋਏਗਾ ਤਾਂ 16 ਤਰੀਕ ਨੂੰ ਟੈਲੀਕਾਸਟ ਹੋਊਗਾ। ਸਾਨੂੰ ਦੱਸੋ ਕਿ ਕਿਵੇਂ ਇਹ ਜਿਹੜਾ ਸੇਵਾ ਤੁਹਾਡੀ ਜਿਹੜੀ ਹੈਗੀ ਆ, ਇਹ ਜਿਵੇਂ ਤੁਸੀਂ ਡਿਸਕਾਊਂਟਡ ਚੀਜ਼ਾਂ ਲਾਈਆਂ ਸੀ 11, 12, 13 ਨੂੰ, 14 ਨੂੰ, ਅਤੇ ਆਉਣ ਵਾਲੇ ਸਮੇਂ 'ਚ ਵੀ 5-7 ਦਿਨ ਹੋਰ ਐਕਸਟੈਂਡ ਕਰੋਗੇ ਜਿਹਦੇ ਨਾਲ ਗ੍ਰਾਹਕਾਂ ਨੂੰ ਖੁਸ਼ੀ ਹੋਊਗੀ। ਦੇਖੋ ਜੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਚੱਲ ਪਿਆ, 550 ਸਾਲ ਦਾ ਚੱਲਦਾ ਪਿਆ, ਉਹਦੇ ਕਰਕੇ ਗੱਲ ਹੈ ਕਿ ਅਸੀਂ 4 ਦਿਨ ਦੀ ਆਪਸ਼ਨ ਹੋਰ ਵਧਾਤੀ ਆ। ਉਹਦੇ ਨਾਲ ਸਾਨੂੰ ਕੋਈ ਆਇਆ ਗਾਹਕ ਸਾਡੇ ਕੋਲ, ਭਾਅ ਜੀ ਕਹਿੰਦੇ ਵੀ 13 ਤਰੀਕ ਤੱਕ ਸੀ, ਆਪਾਂ ਅੱਜ ਵੀ ਕਸਟਮਰ ਆਇਆ ਉਹਨੂੰ ਕਿਹਾ ਵੀ ਅੱਜ ਵੀ ਤੁਹਾਡੇ ਵਾਸਤੇ ਹੈਗੀ ਆ, ਕੱਲ੍ਹ ਨੂੰ ਵੀ ਹੈਗੀ ਆ, ਪਰਸੋਂ ਨੂੰ ਵੀ ਹੈਗੀ ਆ, ਚੌਥੇ ਵੀ ਹੈਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਔਰ ਪਰਮਾਤਮਾ ਕਰੇ ਜਿਹੜਾ ਕੰਸੈਪਟ ਲੈ ਕੇ ਤੁਸੀਂ ਸਾਜਨ ਕਿਚਨ ਅਤੇ ਫਰਨੀਚਰ ਸਟੂਡੀਓ ਖੋਲ੍ਹਿਆ ਔਰ ਜਿਹੜੀ ਖੁਸ਼ਬੂ ਦਿੰਦੇ ਹੋ, ਕਿਉਂਕਿ ਬੰਦਾ ਖੁਸ਼ ਹੋ ਜਾਂਦਾ ਜਦੋਂ ਬੰਦੇ ਨੂੰ ਇਹ ਲੱਗਦਾ ਵੀ ਆ ਕੇ ਉਹਨੇ ਕਹਿ ਦੇਣਾ ਵੀ ਕਿਚਨ ਬਣਾਉਣੀ ਆ ਬਈ, ਕਿਉਂਕਿ ਇਹ ਚੀਜ਼ਾਂ ਹੀ ਦਿਮਾਗ ਦੀਆਂ ਨਾੜੀਆਂ ਫਟਾਉਂਦੀਆਂ ਬੰਦਿਆਂ ਦੀਆਂ, ਜਦੋਂ ਲੱਕੜ ਲੈਣੀ, ਫਲਾਨਾ ਕਰਨਾ, ਪਲਾਈ ਲੈਣੀ ਔਰ ਇਹ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਉਹ ਆਪ ਦੇ ਉੱਤੇ ਜ਼ਿੰਮੇਵਾਰੀ ਲੈ ਲੈਂਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਇਹਨਾਂ ਜੀ ਅਸੀਂ ਕਿਚਨ ਦਾ ਤਾਂ ਕਰਦੇ ਕਰਦੇ ਹਾਂ, ਇੱਕ ਗੱਲ ਕਹਿਣੀ ਭੁੱਲ ਗਏ ਵੀ ਕੋਠੀ ਦੇ ਵਿੱਚ ਚਗਾਠਾਂ ਵੀ ਲੱਗਣੀਆਂ ਹੋਣ, ਦਰਵਾਜ਼ੇ ਵੀ ਲੱਗਣੇ ਹੋਣ, ਵਿੰਡੋਆਂ ਵੀ ਲੱਗਣੀਆਂ ਹੋਣ। ਅਸੀਂ ਇੱਕ ਸਾਗਵਾਨ ਦੀ ਲੱਕੜ ਅਤੇ ਇੱਕ ਰਾਹੋ ਚਾਂਪ ਦੀ ਲੱਕੜ ਯੂਜ ਕਰਦੇ ਹਾਂ ਜਿਹਨੂੰ ਸਿਉਂਕ ਲੱਗ ਹੀ ਨਹੀਂ ਸਕਦੀ। ਜਿਹੜੇ ਮਿਸਤਰੀ ਬੰਦਿਆਂ ਨੇ ਮੰਨ ਲਓ ਵਧੀਆ ਕਾਰੀਗਰ ਆ, ਉਹਨਾਂ ਨੂੰ ਸਭ ਕੁਝ ਪਤਾ ਵੀ ਰਾਹੋ ਚਾਂਪ ਦੀ ਲੱਕੜ ਅਤੇ ਸਾਗਵਾਨ ਦੀ ਲੱਕੜ ਨੂੰ ਸਿਉਂਕ ਨਹੀਂ ਲੱਗਦੀ। ਉਹ ਲੱਕੜ ਅਸੀਂ ਇਹ 2 ਲੱਕੜਾਂ ਯੂਜ ਕਰਦੇ ਹਾਂ। ਵੀਰ ਜੀ ਫਿਕਸ ਪ੍ਰਾਈਜ਼ ਜਿਹੜਾ ਕਿ ਤੁਹਾਡਾ ਇੱਕ ਮਾਟੋ ਹੈਗਾ, ਜਿਹੜੀ ਚੀਜ਼ ਤੁਸੀਂ ਲਿਖਤੀ ਉਹੀ ਲਿਖੀ ਰਹੂਗੀ ਔਰ ਜੋ ਡਿਸਕਾਊਂਟ ਦਿੱਤਾ ਉਹੀ ਡਿਸਕਾਊਂਟ ਹੋਊਗਾ, ਇਹ ਨਹੀਂ ਕਿ ਵੀ ਅਗਲਾ ਚਾਹੇ ਬੱਚੇ ਨੂੰ ਭੇਜਦੇ ਵੱਡੇ ਨੂੰ ਭੇਜਦੇ, ਉਹਦੇ ਬਾਰੇ ਦੱਸੋ। ਜਿਹੜਾ ਫਿਕਸ ਰੇਟ ਨਾਲ ਲੈਂਦਾ ਜੀ ਵੀ ਸਾਨੂੰ ਰਿਸਪੋਂਸ ਵੱਧ ਤੋਂ ਵੱਧ ਮਿਲ ਰਿਹਾ, ਜੇ ਅਸੀਂ ਇੰਨੇ ਸ਼ੋਰੂਮ ਚਲਾ ਰਹੇ ਹਾਂ ਸਾਨੂੰ ਉਦੋਂ ਵੱਧ ਤਰੱਕੀ ਮਿਲ ਰਹੀ ਹੈ ਵੀ ਗਾਹਕ ਵੀ ਬੰਦਾ ਖੁਸ਼ ਹੁੰਦਾ, ਗਾਹਕ ਕਹਿੰਦਾ ਯਾਰ ਠੀਕ ਹੈ ਵੀ ਸਾਡੇ ਕੋਲ ਤੁਹਾਨੂੰ ਆ ਕੇ ਭਗਾਵਾਜੀ ਨਹੀਂ ਮਾਰਨੀ ਪਈ, ਵੀ ਓਕੇ ਕੰਮ ਤੁਸੀਂ ਸਾਡਾ ਬਾਸ ਲਓ ਅਤੇ ਸਾਡਾ ਮਾਲ ਭੇਜ। ਥੈਂਕ ਯੂ।